ਹਾਂਜੀ ਮੁੰਡਿਓ, ਕਿੱਦਾਂ ਵੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਅਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਹੋਰ ਇੱਕ ਘੈਂਟ ਜੀ ਇੰਟਰਸਟਿੰਗ ਜੀ ਵੀਡੀਓ ਲੈ ਕੇ ਆ ਗਏ ਹਾਂ ਫਾਰਮਿੰਗ ਸਿਮੂਲੇਟਰ 22 ਦੀ। ਅਤੇ ਜਿੰਨਾ ਵੀ ਮੇਰੇ ਵੀਰਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਆ ਜਾਓ ਫਿਰ, ਤੁਹਾਨੂੰ ਮਿਲਦੇ ਹਾਂ ਵੀਡੀਓ ਦੇ ਵਿੱਚ। ਤੁਹਾਨੂੰ ਪਤਾ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੌਰਵ ਦੇ ਕੋਲ ਜਾ ਕੇ ਆਏ ਸੀਗੇ, ਠੀਕ ਹੈ ਬਾਈ? ਅਤੇ ਆਪਾਂ ਪਹੁੰਚ ਗਏ ਹੁਣ ਆਪਣੇ ਘਰ, ਠੀਕ ਹੈ? ਅਤੇ ਕੈਂਪਰ ਆਪਣਾ ਖੜ੍ਹਾ ਆ ਅਤੇ ਇੱਧਰ ਬਾਈ ਆਪਣੀ ਖੜ੍ਹੀ ਹੈ ਸਕੋਰਪੀਓ, ਠੀਕ ਹੈ? ਜਿਹੜਾ ਆਪਣਾ ਸਵਰਾਜ ਸੀਗਾ ਉਹ ਆਪਾਂ ਛੱਡ ਆਏ ਹਾਂ ਆਪਣੇ ਗੌਰਵ ਬਾਈ ਕੋਲ, ਠੀਕ ਹੈ? ਅਤੇ ਆਹ ਆਪਣਾ ਜੌਂਡੀਅਰ ਖੜ੍ਹਾ ਹੈ, ਜੌਂਡੀਅਰ ਦੇ ਵੀ ਡੈੱਕ ਡੁੱਕ ਲਵਾ ਕੇ ਲੈ ਆਉਂਦੇ ਬਾਈ। ਅਤੇ ਇੱਧਰ ਨਿਊ ਹੋਲੈਂਡ 3602 ਆ ਜਿਹੜਾ, ਇਹਦਾ ਵੀ ਆਪਾਂ ਤਿਆਰ ਸ਼ਿਆਰ ਕਰਾ ਕੇ ਆਉਂਦੇ ਹਾਂ ਅਤੇ ਤੁਹਾਨੂੰ ਇਹਦਾ ਲਿੰਕ ਜ਼ਰੂਰ ਦੇਵਾਂਗੇ ਜਲਦੀ ਤੋਂ ਜਲਦੀ। ਅਤੇ ਇੱਧਰ ਆਪਣੀ ਕੰਪੈਨ ਖੜ੍ਹੀ ਹੈ ਬਾਈ, ਕੰਪੈਨ ਨੂੰ ਪਤਾ ਨਹੀਂ ਕੀ ਚੱਕਰ ਹੋ ਗਿਆ, ਇੰਨਾ ਇੰਨਾ ਤਾਂ ਕਿਵੇਂ ਚੜ੍ਹਿਆ ਖੜ੍ਹਾ ਇਹ ਕੰਪੈਨ। ਅਤੇ ਦੇਖੀਏ ਇਹਨੂੰ ਸਹੀ ਕਰੀਏ ਪਹਿਲਾਂ ਤਾਂ। ਲਓ ਵੀ ਇਹਨੂੰ ਸੈੱਟ ਕਰਤਾ। ਅਤੇ ਅੱਜ ਮੁੰਡੇ ਜਿਹੜੀ ਚੀਜ਼ ਆਪਾਂ ਲੈਣ ਜਾਣੀ ਆ, ਠੀਕ ਹੈ, ਤੁਸੀਂ ਉਹਨੂੰ ਦੇਖ ਕੇ ਹੈਰਾਨ ਹੋ ਜਾਓਗੇ, ਠੀਕ ਹੈ, ਪਰੇਸ਼ਾਨ ਹੋ ਜਾਓਗੇ। ਪਰ ਪਹਿਲਾਂ ਆਪਾਂ ਕੀ ਕਰਨਾ ਆ, ਪਹਿਲਾਂ ਆਪਾਂ ਕਰਨਾ ਬਾਈ ਆਹ ਵਾੜ ਕਰ ਦਈਏ, ਮੈਂ ਕਹਿੰਦਾ ਘਰ ਨੂੰ, ਬਾਹਰੋਂ ਆਸੇ ਪਾਸਿਓਂ ਤਾਂ ਹੈਗੀ ਆ ਪਰ ਇੱਧਰਲੇ ਬੰਨੇ ਵਾੜ ਹੈ ਨਹੀਂ ਘਰ ਨੂੰ ਆਪਣੇ, ਹੈ ਨਾ? ਤਾਂ ਇਹ ਜ਼ਰੂਰ ਕਰਨੀ ਆਪਾਂ ਨੂੰ, ਜ਼ਰੂਰੀ ਆ, ਠੀਕ ਹੈ ਬਾਈ? ਕਿ ਨਹੀਂ ਕਰੀਏ ਹਲੇ, ਦੇਖਦੇ ਹਾਂ, ਚਲੋ ਕੋਈ ਚੱਕਰ ਨਹੀਂ ਗਾ। ਅਤੇ ਚਲੋ ਆਪਾਂ ਦੇਖਦੇ ਹਾਂ ਫਿਰ, ਠੀਕ ਹੈ? ਪਹਿਲਾਂ ਆਪਾਂ ਚੱਲੀਏ, ਆਪਾਂ ਜਿਹੜੀ ਚੀਜ਼ ਤੁਹਾਨੂੰ ਲੈ ਕੇ ਆਉਣੀ ਆਪਾਂ ਉਹ ਦਿਖਾ ਦਿੰਦੇ ਹਾਂ, ਠੀਕ ਹੈ? ਅਤੇ ਉਹਦੀ ਆਪਾਂ ਮਾੜੀ ਮੋਟੀ ਟੈਸਟਿੰਗ ਵਗੈਰਾ ਵੀ ਕਰਾਂਗੇ, ਠੀਕ ਹੈ, ਕੀ ਉਹਦਾ ਹਿਸਾਬ ਕਿਤਾਬ ਆ, ਕੀ ਸਿਸਟਮ ਹੈ, ਅਤੇ ਅੱਜ ਉਹ ਤੁਹਾਨੂੰ ਚੈੱਕ ਕਰਾਉਂਦੇ ਹਾਂ। ਬਾਕੀ ਥੰਬਨੇਲ ਤੋਂ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਮੋਟਾ ਅੰਦਾਜ਼ਾ ਹੋ ਹੀ ਗਿਆ ਹੋਊਗਾ ਕਿ ਆਪਾਂ ਤੁਹਾਨੂੰ ਅੱਜ ਕੀ ਚੀਜ਼ ਦਿਖਾਉਣ ਲੱਗੇ ਹਾਂ। ਸਕਾਰਪੀਓ 'ਤੇ ਚੱਲੀਏ ਜਾਂ ਬਾਈ ਆਪਣੇ ਕੈਂਪਰ 'ਤੇ ਚੱਲੀਏ, ਕਿਉਂਕਿ ਉਹ ਬਾਈ ਹੁਣਾਂ ਨੂੰ ਕੈਂਪਰ ਦੀ ਲੋੜ ਹੈ। ਅਤੇ ਆਪਾਂ ਚੱਲਦੇ ਹਾਂ ਸਕਾਰਪੀਓ 'ਤੇ ਜਾਂ ਕੈਂਪਰ 'ਤੇ, ਕੈਂਪਰ 'ਤੇ ਚੱਲਦੇ ਹਾਂ, ਚਲੋ ਬਈ ਮੁੰਡਿਓ, ਠੀਕ ਹੈ, ਕੈਂਪਰ 'ਤੇ ਚੱਲੀਏ ਅਤੇ ਕੈਂਪਰ ਨੂੰ ਆਪਾਂ ਉੱਥੇ ਖੜ੍ਹੇ ਕਰਾਵਾਂਗੇ ਅਤੇ ਆਪਣੀ ਜਿਹੜੀ ਨਵੀਂ ਚੀਜ਼ ਆ ਉਹ ਆਪਾਂ ਲੈ ਕੇ ਆਵਾਂਗੇ। ਅਤੇ ਚਲੋ ਫਿਰ ਮੁੰਡਿਓ ਚੱਲੀਏ, ਹੁਣ ਕਹਿੰਦੇ ਕੁਝ ਖਾਸਾ ਦੂਰ ਤਾਂ ਹੈ ਨਹੀਂ ਗਾ, ਨੇੜੇ ਹੀ ਹੈ, ਅਤੇ ਚਲੋ ਚੱਲੀਏ। ਕਹਿੰਦੇ ਇੱਧਰ ਦੀ ਮੋੜ ਦੀ ਇਹਨੂੰ ਐਵੇਂ ਕਰਕੇ, ਓਹੋ ਮੋੜਿਆ ਨਹੀਂ ਬਾਈ, ਕਹਿੰਦੇ ਬੱਦਲ ਬੁੱਦਲ ਕੱਜੀ ਜਾਂਦਾ ਕਹਿੰਦੇ, ਅਤੇ ਦੇਖਦੇ ਹਾਂ ਹੁਣ ਮੀਂਹ ਮੂੰਹ ਪੈਂਦਾ ਕਿ ਨਹੀਂ ਪੈਂਦਾ। ਲੈ ਬਾਈ ਇੱਧਰ ਆਹ ਕੋਈ ਟਰਾਲੀ ਟਰੂਲੀ ਇੱਦਾਂ ਹੀ ਛੱਡ ਕੇ ਚੱਲ ਗਿਆ, ਪਤਾ ਨਹੀਂ ਲੱਗ ਰਿਹਾ ਹੈਗਾ ਇਹਨਾਂ ਦਾ ਵੀ। ਲਓ ਬਾਈ ਕਣਕ ਪਈ ਆ ਇਹਦੇ ਵਿੱਚ, ਕਹਿੰਦੇ ਕਣਕ ਵਾਲੀਆਂ ਭਰੀਆਂ ਟਰਾਲੀਆਂ ਟਰੋਲੀਆਂ ਇੱਦਾਂ ਹੀ ਛੱਡ ਛੁੱਟ ਜਾਂਦੇ ਆ ਬੰਦੇ। ਅਤੇ ਲਓ ਬਾਈ ਕਹਿੰਦੇ ਆ ਇੱਧਰ ਤੂੜੀ ਤਾੜੀ ਹਲੇ ਇਕੱਠੀ ਕਰਨ ਵਾਲੀ ਪਈ ਕਿਸੇ ਦੀ ਬਾਈ, ਆਪਾਂ ਆਹੀ ਕਰਕੇ ਗਏ ਸੀ, ਆਹ ਵੱਢ ਕੇ ਗਏ ਸੀ ਆਪਾਂ ਹੀ, ਪਰ ਕੋਈ ਚੱਕਰ ਨਹੀਂ ਗਾ, ਬਾਈਆਂ ਨੂੰ ਪੁੱਛ ਲਾਂਗੇ, ਜੇ ਵਾਹੁਣੀ ਹੋਊਗੀ ਤਾਂ ਵਾਹ ਜਾਂਗੇ, ਨਹੀਂ ਤਾਂ ਫਿਰ ਆਪਾਂ ਤੂੜੀ ਤਾੜੀ ਬਣਾ ਜਾਂਗੇ, ਠੀਕ ਹੈ, ਘੋੜਿਆਂ ਨੂੰ ਪਾਉਣ ਵਾਸਤੇ ਵੀ ਚਾਹੀਦੀ ਆਪਾਂ ਨੂੰ ਤੂੜੀ ਤਾੜੀ, ਦੇਖਦੇ ਹਾਂ। ਅਤੇ ਹੁਣ ਆਪਾਂ ਚੱਲਦੇ ਇੱਧਰ ਨੂੰ ਬਾਈ, ਆਪਾਂ ਪਹਿਲਾਂ ਇੱਧਰ ਜਾ ਆਈਏ ਬਾਈ ਮਾੜਾ ਜਿਹਾ, ਫਿਰ ਉੱਧਰ ਚੱਲਦੇ ਹਾਂ, ਇੱਧਰ ਪਹਿਲਾਂ ਦੇਖ ਆਈਏ ਕਿ ਆਪਣਾ ਉੱਧਰਲੇ ਖੇਤ ਖੂਹ ਦਾ ਕੀ ਸਿਸਟਮ ਆ, ਆਪਣਾ ਕੰਮ ਕੁੰਮ ਵਧੀਆ ਚੱਲੀ ਜਾਂਦਾ ਕਿ ਨਹੀਂ ਚੱਲੀ ਜਾਂਦਾ।
ਤੇ ਲਓ ਮੁੰਡੇ, ਜਿਨ੍ਹਾਂ ਨੇ ਵੀ ਆਪਣੀ ਪਿਛਲੀਆਂ ਵੀਡੀਓ ਨਹੀਂ ਦੇਖੀ, ਜਾ ਕੇ ਵੀਡੀਓ ਦੇਖ ਲਓ, ਅਤੇ ਬਾਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ। ਤੇ ਲਓ, ਕਹਿੰਦੇ ਇੱਧਰ ਆਹ ਕੀ ਪਿਆ ਬਾਈ? ਆਹ ਤਾਂ ਵੱਡੇ ਗਰਾਜ ਗਰੂਜ ਜੇ ਪਏ ਆ ਬਾਈ। ਆਹ ਇੱਧਰ ਬਾਲਟੀਆਂ ਬੁਲਟੀਆਂ ਅਤੇ ਆਹ ਪਿਆ ਬਾਈ, ਸਮਾਨ ਸਿਸਟਮ ਬੜਾ ਹੀ ਆਲਾ ਬਾਈ। ਇੱਧਰ ਤਾਂ ਆਪਣਾ ਖੇਤ ਅੱਗੇ ਆ, ਹੈ ਨਾ? ਦੇਖਦੇ ਹਾਂ ਥੋੜ੍ਹਾ ਜਿਹਾ। ਆਹ ਮੱਕੀ ਬਾਈ ਹਲੇ ਤਿਆਰ ਨਹੀਂ ਹੋਏਗੀ, ਦੇਖਦੇ ਹਾਂ ਮੱਕੀ ਇੱਧਰ। ਬਾਈ ਮੱਕੀ ਹੋਈ ਨਹੀਂ ਤਿਆਰ ਹਲੇ, ਨਹੀਂ ਤਿਆਰ ਨਹੀਂ ਹੋਈ ਮੱਕੀ ਹਲੇ, ਲੱਗੂ ਟਾਈਮ ਕਹਿੰਦੇ। ਅਤੇ ਆਹ ਬਾਈ ਇੱਧਰ ਇਹ ਵੀ ਤਿਆਰ ਨਹੀਂ ਗੀ। ਚਲੋ ਕੋਈ ਚੱਕਰ ਨਹੀਂ ਗਾ, ਟਾਈਮ ਤਾਂ ਲੱਗੂਗਾ ਫਿਰ ਹੁਣ, ਅਤੇ ਆਪਾਂ ਟਾਈਮ ਦਿੰਦੇ ਹਾਂ ਇਹਨੂੰ। ਅਤੇ ਆਪਾਂ ਹੁਣ ਨਾਲ ਦੀ ਨਾਲ ਕਹਿੰਦੇ ਹੁਣ ਚੱਲੀਏ ਬਾਈ। ਜਿਹੜਾ ਸਮਾਨ ਆਪਾਂ ਲੈ ਕੇ ਆਉਣਾ, ਜੇ ਜਿਹੜਾ ਸਾਧਨ ਆਪਾਂ ਲੈ ਕੇ ਆਉਣਾ, ਉਹ ਬਹੁਤ ਹੀ ਟਾਈਮ ਤੋਂ ਸੀਗਾ। ਮੈਂ ਤੁਹਾਨੂੰ ਕਿ ਲੈ ਕੇ ਆਈਏ ਦਿਖਾਈਏ, ਪਰ ਟਾਈਮ ਜਿਹਾ ਨਹੀਂ ਲੱਗ ਰਿਹਾ ਸੀਗਾ, ਕਿਉਂਕਿ ਲਾਈਵ ਲੂਈਵ ਦੇ ਵਿੱਚ ਬਿਜ਼ੀ ਹੋ ਜਾਈਦਾ ਸੀਗਾ। ਅਤੇ ਹੁਣ ਆਪਾਂ ਤੁਹਾਨੂੰ ਉਹ ਦਿਖਾਉਣੇ ਆ, ਠੀਕ ਹੈ? ਕਹਿੰਦੇ ਸਿਰਾ ਗੱਲਬਾਤ ਹੋ ਜਾਣੀ ਜਦੋਂ, ਕਹਿੰਦੇ ਸਿਰਾ ਲੱਗ ਜਾਣਾ, ਕਹਿੰਦਾ ਉਹਨੂੰ ਦੇਖ ਕੇ ਤਾਂ ਕਹਿੰਦੇ ਰੂਹ ਖੁਸ਼ ਹੋ ਜਾਣੀ ਕਹਿੰਦੇ ਬਾਈ। ਅਤੇ ਉਹਦੇ 'ਚ ਮੋਡੀਫਿਕੇਸ਼ਨਾਂ ਵੀ ਹਲੇ ਆਪਾਂ ਬਹੁਤ ਕਰਾਂਗੇ, ਠੀਕ ਹੈ? ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਆਪਾਂ ਉਹਨੂੰ ਲੈ ਕੇ ਆਉਂਦੇ। ਕਹਿੰਦੇ ਚਲੋ ਪੰਪ ਇੱਧਰ, ਆਹ ਪਾਣੀ ਪੂਣੀ ਵਾਲਾ ਕੰਮ ਸਿਸਟਮ ਦਾ ਪਤਾ ਨਹੀਂ ਕੀ ਆ ਬਾਈ, ਆਹ ਦੇਖੀ ਆਹ ਕੀ ਸਿਸਟਮ ਆ ਇਹ ਪਾਣੀ ਵਾਲਾ ਬਾਈ, ਆਹ ਕੀ ਸਿਸਟਮ ਆ ਪਤਾ ਨਹੀਂ, ਖੋਲਣ ਵਾਲਾ ਪਤਾ ਨਹੀਂ, ਬੰਦ ਕਰਨ ਵਾਲਾ ਆ, ਹੈ ਨਹੀਂ ਬਈ ਪਤਾ ਨਹੀਂ, ਸਮਝ ਤੋਂ ਬਾਹਰ ਆ। ਪਰ ਚਲੋ ਹੁਣ ਇੱਕ ਵਾਰੀ ਤਾਂ ਆਪਾਂ ਚੱਲੀਏ। ਅਤੇ ਲਓ ਬਈ, ਕਹਿੰਦੇ ਕਰਤਾ ਮਹਿੰਦਰਾ ਦਾ ਕੈਂਪਰ, ਮਹਿੰਦਰਾ ਮਹਿੰਦਰਾ ਕਹਿੰਦੇ ਮਹਿੰਦਰਾ ਬਾਈ। ਅਤੇ ਲਓ ਓਹੋ ਬਾਈ ਇੱਧਰ ਨੂੰ ਮੋੜਨਾ ਆਪਾਂ, ਹੈ ਨਾ? ਅਤੇ ਲਓ ਵੀ ਕਹਿੰਦੇ ਹੁਣ ਇਹਨੂੰ ਪਹਿਲਾਂ ਕੈਂਪਰ ਨੂੰ ਲਾ ਦਈਏ ਆਪਾਂ ਇੱਧਰ, ਠੀਕ ਹੈ ਬਾਈ ਦੇ ਘਰ ਮੋਹਰੇ। ਇੱਕ ਤਾਂ ਬੰਦਾ ਭੱਜਦਾ ਬਹੁਤ ਜ਼ੋਰ ਦੀ ਹੈ। ਅਤੇ ਲਓ ਵੀ ਕਹਿੰਦੇ ਆਹ ਖੜਾ ਹੀ ਟਰੱਕ ਤੁਹਾਡੇ ਸਾਹਮਣੇ ਸਾਰਿਆਂ ਦੇ, ਅਤੇ ਤੁਸੀਂ ਚੈੱਕ ਕਰੋ ਵੀ ਮੁੰਡੇ ਇਹਨੂੰ ਲੁੱਕ ਵਾਈਜ਼ ਚੈੱਕ ਕਰੋ, ਇਹਦੀ ਕਿਆ ਬਾਤਾਂ ਨੇ ਕਹਿੰਦੇ, ਚਿਹਰਾ ਲੱਗਿਆ ਪਿਆ। ਕਹਿੰਦੇ ਡੰਪ ਟਰੱਕ, ਕਹਿੰਦੇ ਡੰਪ ਟਰੱਕਾਂ ਦਾ ਕਹਿੰਦੇ ਆਪਾਂ ਹੁਣ ਕੰਮ ਸ਼ੁਰੂ ਕਰ ਲੈਣਾ। ਡੰਪ ਟਰੱਕ ਹੈ ਇਹ, ਠੀਕ ਹੈ? ਲਾਈਟਾਂ ਲੂਟਾਂ ਵੀ ਘੈਂਟ ਆ ਬਾਈ, ਇੱਥੇ ਹੋਰ ਇੱਕ ਟਰਾਲੀ ਵੀ ਪਾ ਸਕਦੇ ਇਹਦੇ ਮਗਰ ਬਾਈ। ਠੀਕ ਆ ਬਾਈ, ਠੀਕ ਹੈ, ਵਾਹ ਬਾਈ ਵਾਹ, ਕਿਆ ਬਾਤਾਂ ਨੇ ਕਹਿੰਦੇ, ਸਿਰਾ ਲੱਗਿਆ ਪਿਆ। ਕਹਿੰਦੇ ਸਿਰਾ ਬਾਈ ਜਮਾਂ ਘੈਂਟ ਗੱਲਬਾਤ ਹੋਈ ਪਈ ਹੈ, ਠੀਕ ਹੈ? ਹੁਣ ਦੇਖਦੇ ਹਾਂ ਆਪਾਂ ਇਹਨੂੰ ਕਿ ਕਿਵੇਂ ਇਹਨੂੰ ਅੱਗੇ ਆਪਾਂ ਲੈ ਕੇ ਜਾਣਾ। ਲਓ ਬਾਈ ਇੱਧਰ ਇਹਦਾ ਸਿਰਾ, ਕਹਿੰਦੇ ਸਿਰਾ ਆ ਬਾਈ ਸਿਰਾ, ਜਿਹਨੂੰ ਕਹਿੰਦੇ ਮੋਹਰੇ ਨੰਬਰ ਪਲੇਟ ਵੀ ਆਪਾਂ ਆਪਦੀ ਕਸਟਮ ਕਰਾ ਲਾਂਗੇ ਬਾਈ। ਡਬਲ ਡਬਲ ਨੰਬਰ ਪਲੇਟਾਂ ਲੱਗੀਆਂ ਹੋਈਆਂ ਮੋਹਰੇ, ਥੋੜ੍ਹਾ ਜਿਹਾ ਜੰਗਾਲ ਜੰਗੂਲ ਜਿਹਾ ਵੀ ਲੱਗਿਆ ਹੋਇਆ। ਕੋਈ ਨਾ ਸੈੱਟ ਕਰਾਉਣਾ, ਪਰ ਟਾਇਰ ਜਮਾਂ ਨਵੇਂ ਪਏ ਆ ਬਾਈ, ਡਬਲ ਟਾਇਰਾਂ ਆ, ਠੀਕ ਹੈ? ਅਤੇ ਟਾਇਰ ਜਮਾਂ ਨਵੇਂ ਪਏ ਆ। ਚਲੋ ਫਿਰ ਵੀ ਮੁੰਡੇ ਹੁਣ ਟੈਸਟਿੰਗ ਕਰੀਏ ਆਪਾਂ, ਪੈਸੇ ਪੂਸਿਆਂ ਦਾ ਕਰਤਾ ਬਾਈ ਨੂੰ ਸਾਰਾ, ਠੀਕ ਹੈ? ਹੁਣ ਇੰਟੀਰੀਅਰ ਵਿਊ ਦਿਖਾ ਦਈਏ ਤੁਹਾਨੂੰ ਇੱਕ ਵਾਰੀ। ਲਓ ਬਾਈ ਕਹਿੰਦੇ ਚੈੱਕ ਕਰੋ ਮੁੰਡੇ, ਹਾਲੇ ਤਾਂ ਕੁਛ ਨਹੀਂ ਇੰਟੀਰੀਅਰ ਵਿਊ ਸੈੱਟ ਕੀਤਾ ਇਹਦਾ ਇੰਨਾ ਜ਼ਿਆਦਾ,
ਪਰ ਆਉਣ ਵਾਲੇ ਟਾਈਮ 'ਚ ਸੈੱਟ ਜ਼ਰੂਰ ਕਰਾਂਗੇ ਛੇਤੀ ਛੇਤੀ ਇਹਨੂੰ। ਕਹਿੰਦੇ ਕਟਾਈਂਗ ਕਟੂਇੰਗ ਵੀ ਸਿਰ ਆਇਆ ਬਾਈ, ਟਾਇਰ ਵਾਲੇ ਘੈਂਟ ਲੱਗੇ ਮੈਨੂੰ ਤਾਂ ਬਾਈ, ਟਾਇਰ ਵਾਲੇ ਵਧੀਆ ਆ ਬਾਈ ਜੀ, ਟਰੱਕ ਨੇ ਪਵਾ ਕੇ ਦਿੱਤੇ ਆਪਾਂ ਨੂੰ ਜਿਹੜੇ। ਇਹ ਬਾਈ ਆਪਾਂ ਨੂੰ ਪੂਰਾ ਮਹਿੰਗਾ ਹੀ ਪੈ ਗਿਆ ਇਹ ਤਾਂ। ਲਓ ਬਾਈ ਕਹਿੰਦੇ ਇੱਧਰ ਦੀ ਘਾਹ ਦੇ ਉੱਪਰ ਦੀ ਲੰਘਾਉਣਾ ਪਿਆ ਕਿਉਂਕਿ ਪਰਾਂ ਤਾਂ ਮੁੜਿਆ ਨਹੀਂ ਬਾਈ ਇਹ। ਹੁਣ ਇਹਨੂੰ ਬਾਈ ਘਰ ਨੂੰ ਲੈ ਕੇ ਚਲੀਏ, ਸਿੱਧਾ ਘਰ ਲੈ ਕੇ ਚੱਲਦੇ ਇਹਨੂੰ। ਆ ਤੇਰੀ ਨੂੰ ਇਹ 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 ਬਾਈ ਮੁੜਿਆ ਹੀ ਨਹੀਂ, ਟਰੱਕ ਹੀ ਨਹੀਂ ਮੁੜਿਆ ਬਾਈ, ਮੈਨੂੰ ਲੱਗਦਾ ਬੈਕ ਕਰਕੇ ਲੈ ਕੇ ਆਉਣਾ ਪਊਗਾ। ਕਿੱਥੇ ਮੁੜਦਾ ਕਿੱਥੇ ਮੁੜਦਾ ਕਹਿੰਦੇ ਅਪਿੰਦਰ, ਮੁੰਡਾ ਟਰੱਕ ਦਾ ਦੱਸਿਓ ਯਾਰ ਕਿਵੇਂ ਲੱਗਿਆ ਤੁਹਾਨੂੰ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ। ਵਾਹ ਬਾਈ ਵਾਹ, ਕਹਿੰਦੇ ਇੰਡੀਕੇਟਰ ਦੇਖੋ ਬਾਈ, ਕਹਿੰਦੇ ਸਿਰਾ ਸਿਰਾ ਇੰਡੀਕੇਟਰ ਹੈ, ਕਹਿੰਦੇ ਪੱਕੀ ਪੱਕੀ ਰੋਡ ਉੱਤੇ ਲੈ ਕੇ ਚੱਲਦੇ ਹਾਂ ਆਪਾਂ ਇਹਨੂੰ, ਤਾਂ ਵੀ ਲੱਗੀ ਹੋਈ ਹੈ ਬਾਈ। ਠੀਕ ਹੈ, ਤੇਰੀ ਨੂੰ ਕਿਆ ਬਾਤਾਂ ਨੇ, ਕਹਿੰਦੇ ਸਿਰਾ ਕਰਾਇਆ ਪਿਆ ਬਾਈ, ਸਿਰਾ 70 ਦੀ ਸਪੀਡ ਦਾ ਜ਼ੋਨ ਹੈ। ਅਤੇ ਜੇ ਕਿਸੇ ਨੂੰ ਵੀ ਬਾਈ ਕੋਈ ਵੀ ਦਿੱਕਤ ਹੁੰਦੀ ਹੈ, ਕੋਈ ਆਪਣੇ ਮੋਢਾਂ 'ਚ ਕੋਈ ਦਿੱਕਤ ਹੁੰਦੀ ਹੈ, ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਪਰਸਨਲ ਦੇ ਵਿੱਚ ਵੀ ਦੱਸ ਸਕਦੇ ਹੋ, ਅਤੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਦੱਸ ਦਿਆ ਕਰੋ, ਜੇ ਆਪਾਂ ਨੈਕਸਟ ਟਾਈਮ ਤੋਂ ਉਹ ਚੀਜ਼ਾਂ ਇੰਪਰੂਵ ਕਰਿਆ ਕਰਾਂਗੇ। ਠੀਕ ਹੈ, ਜੇ ਕਿਸੇ ਨੂੰ ਮੋਡ ਦੱਸਿਆ ਕਰੋ ਕਿ ਕਿਹੜੇ ਮੋਡ 'ਤੇ ਆਪਾਂ ਵੀਡੀਓ ਬਣਾਈਏ, ਕੋਈ ਨਵਾਂ ਟਰੈਕਟਰ ਦੱਸਿਆ ਕਰੋ ਬਾਈ, ਆਪਾਂ ਉਵੇਂ ਹੀ ਕਰਿਆ ਕਰਾਂਗੇ। ਠੀਕ ਹੈ, ਅਤੇ ਉਸ ਹਿਸਾਬ ਨਾਲ ਆਪਾਂ ਵੀਡੀਓ ਬਣਾਇਆ ਕਰਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਇੱਧਰ ਦੇਖੋ ਬਾਈ ਆਪਣੇ ਘਰ ਦੇ ਕੋਲ ਆਪਾਂ ਲੈ ਆਏ ਇਹਨੂੰ। ਠੀਕ ਹੈ, ਅਤੇ ਜਿਹੜਾ ਹੁਣ ਤੁਹਾਨੂੰ ਇੱਕ ਨੈਕਸਟ ਆਪਾਂ ਮੋਡ ਦਿਖਾਵਾਂ, ਉਹ ਤੇਰੀ ਨੂੰ ਬਾਈ 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 ਬਾਈ, ਬ੍ਰੇਕ ਹੀ ਨਹੀਂ ਲੱਗੀ ਸੀਗੀ, ਕੀ ਗੱਲ ਹੈ। ਬ੍ਰੇਕ ਤਾਂ ਮੰਨੀ ਨਹੀਂ ਸੀ ਇਹਨੇ, ਅਤੇ ਲਓ ਬਈ ਕਹਿੰਦੇ ਹੁਣ ਆਪਾਂ ਮੋੜਨਾ ਇੱਧਰ ਆਪਾਂ ਘਰ ਨੂੰ। ਠੀਕ ਹੈ ਬਾਈ, ਕਟਾਈ ਬਹੁਤ ਘੱਟ ਹੁੰਦੀ ਟਰੱਕਾਂ ਦੀ, ਵਾਕਿਆ ਗੱਲ ਸਹੀ ਹੈ, ਕਿਉਂਕਿ ਮੁੜਦਾ ਨਹੀਂ ਛੇਤੀ। ਲਓ ਬਈ ਕਹਿੰਦੇ ਇੱਕ ਟਰੱਕ ਪਹਿਲਾਂ ਘਰੇ ਖੜਾ ਆ, ਉਹਦੇ ਬਾਈ ਟਾਇਰ ਬਦਲਾਉਣ ਵਾਸਤੇ ਦਿੱਤੇ, ਉਹਦੇ ਟਾਇਰਾਂ 'ਚ ਕੋਈ ਫੋਲਟ ਆ ਗਿਆ ਸੀਗਾ, ਅਤੇ ਹੁਣ ਲਓ ਬਈ ਕਹਿੰਦੇ ਆਪਾਂ ਸੋਚ ਰਹੇ ਕਿ ਇਹਦੇ ਨਾਲ ਦੇ ਟਾਇਰ ਪਾ ਦਈਏ। ਘਰੇ ਕੁਰਸੀਆਂ 'ਤੇ ਨਹੀਂ ਚੜਾਉਣਾ ਬਾਈ ਆਪਾਂ। ਲਓ ਬਈ ਕਹਿੰਦੇ ਚੈੱਕ ਕਰੋ ਮੁੰਡੇ ਟਰੱਕ ਨੂੰ। ਠੀਕ ਹੈ, ਅਤੇ ਟਰੱਕ ਆਪਾਂ ਇੱਥੇ ਖਿਲਾਰ ਦਈਏ। ਠੀਕ ਹੈ, ਅਤੇ ਹੁਣ ਆਪਾਂ ਨੂੰ ਇੱਕ ਦੋ ਹੋਰ ਕੰਮ ਆ ਜਿਹੜੇ ਉਹ ਕਰ ਲਈਏ ਆਪਾਂ। ਅਤੇ ਹੁਣ ਆਪਾਂ ਬਾਈ ਆਪਣੇ ਘੋੜਿਆਂ ਵਾਸਤੇ ਹੈ ਕਿ ਮਾੜਾ ਮੋਟਾ ਸਮਾਨ ਵੀ ਪਾਉਣਾ ਹੈ, ਹੈ ਨਾ। ਠੀਕ ਹੈ, ਇਹਨਾਂ ਨੂੰ ਹੈਲਥ ਵਗੈਰਾ ਇਹਨਾਂ ਦੀ 0 ਆ, ਜਮਾਂ ਹੀ ਕੁਛ ਵੀ ਨਹੀਂ ਆਪਾਂ ਇਹਨੂੰ ਪਾਇਆ ਹੋਇਆ ਹਾਲੇ ਤਾਈਂ। ਠੀਕ ਹੈ, ਇਹਨਾਂ ਨੂੰ ਫੂਡ ਪਾਉਣਾ ਪੈਣਾ, ਆਪਾਂ ਨੂੰ ਪਾਣੀ ਪੂਣੀ ਪਿਆਉਣਾ ਪੈਣਾ। ਠੀਕ ਹੈ ਬਾਈ, ਅਤੇ ਹੁਣ ਆਪਾਂ ਚੱਲਦੇ ਇਹਨਾਂ ਵਾਸਤੇ ਨਾ, ਗਰਾਸ ਵਗੈਰਾ ਆਪਣਾ ਕੋਈ ਲੈ ਕੇ ਆਉਂਦੇ ਹਾਂ, ਸ਼ਾਇਦ ਆਪਣਾ ਇੱਕ ਟਰੈਕਟਰ ਇੱਧਰ ਖੜਾ ਆ ਬਾਈ ਯਾਰ, ਉਹਨੂੰ ਲੈ ਕੇ ਆਈਏ ਪਹਿਲਾਂ ਤਾਂ। ਆ ਰਿਹਾ ਲੈ, ਆ ਬਾਈ ਕਿਸੇ ਦਾ ਪਤਾ ਨਹੀਂ ਕਿਹਦਾ ਖੜਾ ਹੈ, ਜੋਨ ਡੀਅਰ। ਠੀਕ ਹੈ, ਆ ਲੈ, ਇਹਦੇ ਤਾਂ ਡੈੱਕ ਵੀ ਲੱਗਿਆ ਹੋਇਆ ਬਾਈ, ਪਤਾ ਨਹੀਂ ਕਿਹੜਾ ਛੱਡ ਗਿਆ ਇੱਥੇ। ਠੀਕ ਹੈ, ਆਪਣੇ ਨਾਲ ਦੀ ਸੇਮ ਟਰਾਲੀ ਆ, ਅਤੇ ਹੁਣ ਇਹ ਤਾਂ ਪਤਾ ਨਹੀਂ ਕੀ ਕਰਨ ਨੂੰ, ਹੁਣ ਦੇਖਦੇ ਹਾਂ। ਚਲੋ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਹੈ ਇਹ, ਦੇਖ ਕੇ ਆਈਏ। ਆਪਣੇ ਨਾਲ ਸੇਮ ਟਰਾਲੀ ਹੈ, ਅਤੇ ਆਪਾਂ ਇਹਨਾਂ ਵਾਸਤੇ ਫੂਡ ਫਾਡ ਵੀ ਲੈ ਕੇ ਆਉਣਾ। ਠੀਕ ਹੈ, ਬਣਾਉਣੇ ਇਹਨਾਂ ਦਾ ਵਾਸਤਾ ਵੀ ਪ੍ਰੋਗਰਾਮ,
ਤੇ ਚਲੋ ਮੁੰਡਿਓ, ਮਿਲਦੇ ਹਾਂ ਤੁਹਾਨੂੰ ਇਸੇ ਤਰ੍ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਇੰਨਾ ਹੀ ਸੀਗਾ। ਤੁਹਾਨੂੰ ਨਵਾਂ ਟਰੱਕ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਨੂੰ, ਠੀਕ ਹੈ? ਦੋ ਟਰੱਕ ਹੋ ਗਏ ਆਪਣੇ ਕੋਲ, ਠੀਕ ਹੈ? ਤੇ ਜ਼ਰੂਰ ਕਮੈਂਟਾਂ ਦੇ ਵਿੱਚ ਜ਼ਰੂਰ ਆਪਾਂ ਨੂੰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਟਰੱਕ, ਤੇ ਟਰੱਕ ਦੇ ਵਿੱਚ ਕੀ ਮੋਡੀਫਿਕੇਸ਼ਨ ਹੋਰ ਹੋਣੀਆਂ ਚਾਹੀਦੀਆਂ, ਤੇ ਆਪਾਂ ਜ਼ਰੂਰ ਕਰਾਂਗੇ। ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਤੇ ਨੈਕਸਟ ਕੰਟੈਂਟ ਦੇ ਵਿੱਚ, ਤੇ ਜਿਹੜਾ ਅਗਲੀ ਵੀਡੀਓ 'ਚ ਕੰਟੈਂਟ ਹੋਊਗਾ, ਠੀਕ ਹੈ, ਉਹ ਹੋਰ ਵੀ ਘੈਂਟ ਹੋਊਗਾ। ਤੇ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਨਵਾਂ ਟਰੱਕ ਲੈ ਕੇ ਆਉਂਦਾ, ਇਹਨੂੰ ਗੁਰਦੁਆਰੇ ਮੱਥਾ ਟਿਕਾ ਕੇ ਲੈ ਕੇ ਆਵਾਂਗੇ ਬਾਈ, ਜਿਹੜੀ ਤੁਹਾਨੂੰ ਇੰਟਰਸਟਿੰਗ ਤੇ ਘੈਂਟ ਗੱਲ ਆ ਜਿਹੜੀ, ਠੀਕ ਹੈ? ਕੱਲ ਨੂੰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦੇਖਣ ਨੂੰ ਮਿਲੂਗਾ, ਠੀਕ ਹੈ, ਆਪਣੀ ਫਾਰਮਿੰਗ ਗੇਮ ਦੇ ਵਿੱਚ। ਤੇ ਜਲਦੀ ਤੋਂ ਜਲਦੀ ਆਪਾਂ ਉਹ ਵੀ ਲੈ ਕੇ ਆਵਾਂਗੇ। ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ।